SGP ਦਾ ਵਫਦ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਰਾਜਪਾਲ ਨੂੰ ਮਿਲੇਗਾ। ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਦੀ ਅਰਦਾਸ ਉਪਰੰਤ SGP ਦਾ ਵਫਦ ਚੰਡੀਗੜ੍ਹ ਰਵਾਨਾ ਹੋਇਆ, ਜਿੱਥੇ ਉਹ ਰਾਜਪਾਲ ਨਾਲ ਮੁਲਾਕਾਤ ਕਰਨਗੇ ਅਤੇ ਲੋਕਾਂ ਵੱਲੋਂ ਭਰੇ 25 ਲੱਖ ਪਰਫੋਰਮੇ ਰਾਜਪਾਲ ਨੂੰ ਸੌਂਪਣਗੇ। ਅਰਦਾਸ ਤੋਂ ਬਾਅਦ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਿੱਖਾਂ ਲਈ ਦੇਸ਼ ਵਿੱਚ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਹਨ। ਇੱਕ ਪਾਸੇ ਆਪਣੀਆਂ ਸਜ਼ਾਵਾਂ ਤੋਂ ਵੱਧ ਸਜ਼ਾ ਭੁਗਤ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਅਤੇ ਦੂਜੇ ਪਾਸੇ ਇੱਕ ਪੂਰੇ ਮੁਸਲਿਮ ਪਰਿਵਾਰ ਨੂੰ ਉਜਾੜਨ ਵਾਲੇ ਬਿਲਕਿਸ ਬਾਨੋ ਦੇ ਦੋਸ਼ੀਆਂ ਨੂੰ ਆਜ਼ਾਦੀ ਦਿਵਸ 'ਤੇ ਰਿਹਾਅ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਇਹ ਮਨੁੱਖੀ ਅਧਿਕਾਰਾਂ ਦਾ ਕਾਣ ਹੈ। ਜੋ ਕਿ ਸਭ ਤੋਂ ਵੱਡਾ ਲੋਕਤੰਤਰ ਭਾਰਤ ਦੇਸ਼ ਹੈ, ਉਹਦੇ ਵਿੱਚ ਮਨੁੱਖੀ ਅਧਿਕਾਰਾਂ ਦੀ, ਖਾਸ ਕਰਕੇ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਿਹੜੀ ਹੈ ਬਹੁਤ ਵੱਡੇ ਪੱਧਰ 'ਤੇ ਹੋ ਰਹੀ ਹੈ। ਔਰ ਜੋ ਪਿਛਲੇ ਸਮੇਂ ਸੰਗਤ ਨੇ ਆਪਣੀਆਂ ਭਾਵਨਾਵਾਂ ਲਿਖਤੀ ਰੂਪ ਵਿੱਚ ਪ੍ਰਗਟ ਕੀਤੀਆਂ ਨੇ ਕਿ 26 ਲੱਖ ਦੇ ਪ੍ਰੋਫਾਰਮੇ ਜੋ ਸੰਗਤ ਨੇ ਸਾਈਨ ਕਰਕੇ ਦਿੱਤੇ ਹੋਏ ਨੇ ਕਿ 30-30 ਸਾਲਾਂ ਤੋਂ ਬੰਦ ਜੇਲ੍ਹਾਂ ਵਿੱਚੋਂ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਔਰ ਗਵਰਨਰ ਪੰਜਾਬ ਨੇ ਸਮਾਂ ਦਿੱਤਾ ਹੈ ਕਿ ਜੋ 26 ਲੱਖ ਪ੍ਰੋਫਾਰਮੇ ਨੇ ਉਹ ਗਵਰਨਰ ਦੇ ਪਾਸ ਭੇਜੇ ਜਾਣ। ਔਰ ਪਿਛਲੇ ਲੰਬੇ ਸਮੇਂ ਤੋਂ ਭਾਈ ਬਲਵੰਤ ਸਿੰਘ ਜੀ ਰਾਜੋਵਾਣਾ ਜੋ ਕਿ ਤਕਰੀਬਨ 17 ਸਾਲ ਤੋਂ ਫਾਂਸੀ ਦੀ ਚੱਕੀ ਵਿੱਚ ਬੰਦ ਹੈ, 8x8 ਫੁੱਟ ਦੀ ਉਹ ਚੱਕੀ ਹੈ, ਔਰ ਪਿਛਲੇ 11 ਸਾਲ ਤੋਂ ਉਹਨਾਂ ਦੇ ਫੈਸਲੇ ਦੀ ਜਿਹੜੀ ਪਟੀਸ਼ਨ ਹੈ ਉਹ ਵੀ ਕੇਂਦਰ ਸਰਕਾਰ ਦੇ ਕੋਲ ਪੈਂਡਿੰਗ ਪਈ ਹੋਈ ਹੈ। ਉਹਦਾ ਫੈਸਲਾ ਨਾ ਕੀਤਾ ਜਾਣਾ, ਜਦਕਿ ਰਾਜੀਵ ਗਾਂਧੀ ਦੇ ਕਾਤਲ ਛੁੱਟ ਚੁੱਕੇ ਨੇ, ਬਿਲਕਿਸ ਬਾਨੋ ਦੇ ਪਰਿਵਾਰ ਦੀ ਹੱਤਿਆ ਕਰਨ ਵਾਲੇ ਛੁੱਟ ਚੁੱਕੇ ਨੇ, ਪਰ ਇਹ ਬੰਦੀ ਸਿੰਘ ਜਿਨ੍ਹਾਂ ਨੇ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਧਰਮ ਯੁੱਧ ਕਰਦਿਆਂ ਹੋਇਆਂ ਜੋ ਜੇਲ੍ਹਾਂ ਦੇ ਵਿੱਚ ਗਏ ਨੇ ਉਹਨਾਂ ਦੀ ਬੰਦ ਖਲਾਸੀ ਨਾ ਕਰਨਾ, ਇਹ ਭਾਰਤ ਸਰਕਾਰ ਦੇ ਮੱਥੇ 'ਤੇ ਲੋਕਤੰਤਰ ਦੇ ਉੱਤੇ ਬਹੁਤ ਵੱਡਾ ਇੱਕ ਕਲੰਕ ਹੈ। ਔਰ ਅੱਜ ਗਵਰਨਰ ਪੰਜਾਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼ਾਮ ਦਾ ਸਮਾਂ ਦਿੱਤਾ, ਔਰ ਮਾਣਯੋਗ ਪ੍ਰਧਾਨ ਸਾਹਿਬ ਅਹੁਦੇਦਾਰ ਸਾਹਿਬਾਨ ਅੱਜ ਇੱਕ ਵਫਦ ਲੈ ਕੇ 26 ਲੱਖ ਪ੍ਰੋਫਾਰਮੇ ਲੈ ਕੇ ਗਵਰਨਰ ਪੰਜਾਬ ਨੂੰ ਸੌਂਪਣ ਵਾਸਤੇ ਜਾ ਰਹੇ ਨੇ। ਔਰ ਗੁਰੂ ਹਰਗੋਬਿੰਦ ਸਾਹਿਬ ਮਾਹਲ ਚਰਨਾਂ ਦੇ ਵਿੱਚ ਪੰਜਵੀਂ ਛੋਟ ਦਾਤੇ ਦੇ ਚਰਨਾਂ ਵਿੱਚ ਹੀ ਅਰਦਾਸ ਕੀਤੀ ਗਈ ਹੈ ਕਿ ਸਤਿਗੁਰੂ ਜੀ ਉਹਨਾਂ ਮਹਾਨ ਯੋਧਿਆਂ ਦੀ ਬੰਦੀ ਸਿੰਘਾਂ ਦੀ ਕਿਰਪਾ ਕਰਕੇ ਬੰਦ ਖਲਾਸੀ ਕਰਵਾਓ ਤਾਂ ਕਿ ਉਹ ਪੰਥ ਵਿੱਚ ਵਿਚਰ ਕੇ ਪਰਿਵਾਰ ਵਿੱਚ ਰਹਿ ਕੇ ਆਪਣੇ ਜਿਹੜਾ ਬਚਿਆ ਹੋਇਆ ਜੀਵਨ ਹੈ ਉਹ ਸੁੱਖ ਸ਼ਾਂਤੀ ਨਾਲ ਚੜ੍ਹਦੀ ਕਲਾ ਦੇ ਨਾਲ ਬਤੀਤ ਕਰ ਸਕਣ। ਸਾਡੇ ਬਹੁਤ ਸਾਰੇ ਜਿਹੜੇ ਜੁਝਾਰੂ ਵੀਰ ਆ ਉਹ ਜੇਲ੍ਹਾਂ ਦੇ ਵਿੱਚ ਬੈਠੇ ਆ, ਜਿਨ੍ਹਾਂ ਦੀ ਸਜ਼ਾ ਵੀ ਲਗਭਗ 1 ਨਹੀਂ 2-2 ਗੁਣਾ ਹੋ ਚੁੱਕੀ ਆ। ਜੇ 20 ਸਾਲ ਕੱਟਣੇ ਹੁੰਦੇ 33-33, 34-34 ਸਾਲ ਹੋ ਗਏ ਆ। ਉਹਨਾਂ ਸਾਰਿਆਂ ਦੀ ਸਮੁੱਚਿਆਂ ਦੀ ਰਿਹਾਈ ਲਈ ਅਤੇ ਭਾਈ ਬਲਵੰਤ ਸਿੰਘ ਜੀ ਰਾਜੋਵਾਣਾ ਜਿਨ੍ਹਾਂ ਦੀ ਇਹਨਾਂ ਨੇ ਡੈਥ ਸੈਂਟੈਂਸ ਨੂੰ ਲਾਈਫ ਇੰਪ੍ਰਿਜਨਮੈਂਟ ਵਿੱਚ ਕਰਨ ਦਾ ਨੋਟੀਫਿਕੇਸ਼ਨ ਵੀ ਕੀਤਾ ਜਾ ਚੁੱਕਾ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਉੱਤੇ ਪ੍ਰਾਈਮ ਮਿਨਿਸਟਰ ਸਾਹਿਬ, ਓਨਰੇਬਲ ਹੋਮ ਮਿਨਿਸਟਰ ਸਾਹਿਬ ਉਹਨਾਂ ਨੇ ਇਹ ਐਲਾਨ ਵੀ ਕੀਤਾ ਸੀ। ਅਤੇ ਇੱਕ ਸਾਡੀ ਪਟੀਸ਼ਨ ਵੀ ਸੁਪਰੀਮ ਕੋਰਟ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਕਿਉਂਕਿ ਅਸੀਂ ਮਾਰਸੀ ਪਟੀਸ਼ਨ ਪ੍ਰੈਜ਼ੀਡੈਂਟ ਕੋ ਪਾਈ ਸੀ, ਉਹ ਸੁਪਰੀਮ ਕੋਰਟ ਦੇ ਵਿੱਚ ਡਿਸਪੋਜ ਆਫ ਵੀ ਹੋ ਚੁੱਕੀ ਆ। ਅਤੇ ਉਹਨਾਂ ਨੇ ਸੁਪਰੀਮ ਕੋਰਟ, ਆਨਰੇਬਲ ਸੁਪਰੀਮ ਕੋਰਟ ਨੇ ਹੁਕਮ ਕੀਤਾ ਸੀ ਕਿ ਸਰਕਾਰ ਆਪਣੇ ਤੌਰ 'ਤੇ ਇਹਦੇ 'ਤੇ ਫੈਸਲਾ ਲੈ ਲਵੇ। ਅਤੇ ਹੁਣ ਸਾਲ ਉਹਨੂੰ ਵੀ ਹੋ ਚੱਲਾ, ਉਹਦੇ 'ਤੇ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ। ਭਾਈ ਬਲਵੰਤ ਸਿੰਘ ਰਾਜੋਵਾਣਾ ਉਹਨਾਂ ਨੇ 2 ਚਿੱਠੀਆਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਿਖੀਆਂ। ਅਸੀਂ ਪਹਿਲਾਂ ਵੀ ਯਤਨ ਕਰਦੇ ਰਹੇ ਹਾਂ ਅਤੇ ਹੁਣ ਵੀ ਯਤਨਾਂ 'ਚ ਹਾਂ ਕਿ ਉਹਨਾਂ ਦੀ ਜਿਹੜੀ ਡੈਥ ਸੈਂਟੈਂਸ ਆ ਉਹਨੂੰ ਲਾਈਫ ਇੰਪ੍ਰਿਜਨਮੈਂਟ ਜੋ ਸਰਕਾਰ ਨੇ ਵਾਅਦਾ ਕੀਤਾ ਸੀ ਉਹਨੂੰ ਤੁਰੰਤ ਡਿਸਪੋਜ ਆਫ ਕਰੇ। ਹੋਰ ਵੀ ਬਹੁਤ ਸਾਰੇ ਮੁੱਦੇ ਆ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ, ਉਹ ਗਵਰਨਰ ਸਾਹਿਬ ਨਾਲ ਅਸੀਂ ਬੈਠ ਕੇ ਡਿਸਕਸ ਕਰਨੇ ਆ। ਸੋ ਅੱਜ ਅਸੀਂ ਇਹ ਪੈਨ ਡਰਾਈਵ ਦੇ ਵਿੱਚ ਸਾਰੇ ਪਾ ਲਏ ਆ, ਸੰਬੋਲਿਕ ਤੌਰ 'ਤੇ ਪਰਫੋਰਮੇ ਜਿਹੜੇ ਆ ਉਹਨਾਂ ਨੂੰ ਕਿਹੜੇ ਕਿਹੜੇ ਗੁਰਦੁਆਰਾ ਸਾਹਿਬਾਨ 'ਚੋਂ ਕਿੰਨੇ ਕਿੰਨੇ ਲੱਖ ਭਰਿਆ ਗਿਆ ਉਹ ਉਹਨਾਂ ਨੂੰ ਪੈਨ ਡਰਾਈਵ ਜਿਹੜੀ ਆ ਉਹ ਉਹਨਾਂ ਦੇ ਸਪੋਰਟ ਕਰ ਦਿਆਂਗੇ। ਹਿੰਦੁਸਤਾਨ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਯਤਨ ਕੀਤੇ ਜਾ ਰਹੇ ਆ। ਇਹਨਾਂ ਯਤਨਾਂ ਦੇ ਤਹਿਤ ਪਹਿਲਾਂ DC ਦਫ਼ਤਰਾਂ 'ਚ ਧਰਨੇ ਦਿੱਤੇ ਗਏ ਸਨ, ਫਿਰ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਰੋਸ ਮਾਰਚ ਕੱਢੇ ਗਏ ਸਨ ਅਤੇ ਦਿੱਲੀ ਵਿੱਚ ਵੀ ਧਰਨਾ ਦਿੱਤਾ ਗਿਆ ਸੀ। ਪਰ ਜਿਹੜੀ ਸਰਕਾਰਾਂ ਨੇ ਉਹਨਾਂ ਦੇ ਕੰਨਾਂ 'ਤੇ ਜੂ ਨਹੀਂ ਸਰਕ ਰਹੀ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਹੁਣ ਬੰਦੀ ਸਿੰਘਾਂ ਦੀ ਰਿਹਾਈ ਦੇ ਇਹੀ ਸੰਬੰਧ ਵਿੱਚ 26 ਲੱਖ ਪਰਫਾਰਮੇ ਜਿਹੜੇ ਉਹ ਸੰਗਤ ਵੱਲੋਂ ਭਰੇ ਗਏ ਸਨ। ਇਹ ਪਰਫਾਰਮੇ
बंदी सिंघां दी रिहाई लई भरे गए सन जिहड़े राष्ट्रपति नूं सौंपणे सन अते इह जिहड़े परफार्मे ने उह गवर्नर राहीं राष्ट्रपति नूं भेजे जाणे ने। बंदी सिंघां दी रिहाई लई पहलां वी गवर्नर साहब कोल टाइम लिया गया सीगा पर उन्होंने ए टाइम ते मुड़ के कुछ रुझेव्या कारण कैंसल करता सी। हुण फिर जिहड़ा उन्होंने टाइम दित्ता आ ते अज साडा इक वफद जिहड़ा उह 4 वजे बंदी सिंघां दी रिहाई लई मिल रहा है अते जिहड़े ये परफार्मे भरे आ उन्हां नूं सौंपे जाणे आ। हिंदुस्तान च जिहड़ा उह सिखां नाल हमेशा ही वितकरा कीता जांदा रहा, सिखां लई कानून हो रहा जदों कि राजीव गांधी दे कातल अते ब्रिक्स बानो दे कातल जिहड़े सज़ा पूरियां कर चुके उन्हां नूं रिहा कर दिता गया ते बंदी सिंघ जिहड़े लगभग 27 साल तों लै के 34 साल तक सज़ा पूरी कर चुके ने इन्हां नूं रिहा नहीं किया जा रहा। इस तों स्पष्ट हुंदा कि जिहड़ा देश दा कानून सिखां लई हो रहा ते दूजियां लई होर। असीं सरकार नूं बेनती करदे हां कि इह जिहड़े बंदी सिंघ आ इह सियासी कैदी ने अते धर्मयुद्ध मोर्चे तहत